ਕਤਲकांड ਦੇ ਵਿੱਚ ਗੈਂਗਸਟਰ ਦੀਪਕ ਮੁੰਡੀ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਹਾਲਾਂਕਿ ਪੁਲਿਸ ਦੇ ਵੱਲੋਂ ਪਿਛਲੇ ਦਿਨੀ ਜਿਹੜਾ ਦੀਪਕ ਮੁੰਡੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਤੇ ਪਾਸੋਂ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਿਸ ਤੇ ਵੱਲੋਂ ਹੁਣ ਵੱਡੇ ਖੁਲਾਸੇ ਕੀਤੇ ਗਏ ਕਿ ਆਖਿਰਕਾਰ ਸਿੱਧੂ ਮੁਸੇਲ ਦੇ ਕਤਲकांड ਦੇ ਸਬੰਧ ਜਿਹੜਾ Rajasthan ਦੇ ਨਾਲ ਹੈ ਜਾਂ ਨਹੀਂ ਸੋ ਬਲੈਰੋ ਗੱਡੀ ਨੂੰ ਲੈ ਕੇ ਵੀ ਜਿਹੜਾ ਲਗਾਤਾਰ ਵੱਡੇ ਖੁਲਾਸੇ ਕੀਤੇ ਗਏ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਸਿੱਧੂ ਮੁਸੇਲ ਦੇ ਕਤਲकांड ਦੇ ਜਿਹੜੇ ਸਬੰਧ ਕਿਤਨਾ ਕਿਤੇ ਇੱਕ ਵਾਰ ਫਿਰ Rajasthan ਦੇ ਨਾਲ ਜੁੜਦੇ ਹੋਏ ਨਜ਼ਰ ਆ ਰਹੇ ਕਿਹਾ ਜਾ ਰਿਹਾ ਹੈ ਕਿ ਰਾਜਸਥਾਨ ਦੇ ਵੱਲੋਂ ਜਿਹੜੀ ਆ ਆਰਥਿਕ ਸਹਾਇਤਾ ਦਿੱਤੀ ਗਈ ਸਿੱਧੂ ਮੁਸੇਲ ਦੇ ਕਤਲकांड ਦੇ ਵਿੱਚ ਜਿਹੜੀ ਆ ਰਾਜਸਥਾਨ ਦੇ ਵੱਲੋਂ ਆਰਥਿਕ ਸਹਾਇਤਾ ਦਿੱਤੀ ਗਈ ਤੋਂ ਤੱਕ ਜਿਹੜਾ 100 ਦਿਨਾਂ ਤੱਕ ਗੈਂਗਸਟਰਾਂ ਨੂੰ ਪਨਾ ਵੀ ਜੜੀ ਦਿੱਤੀ ਜਾਂਦੀ ਐ ਸੋ ਇੱਕ ਤੋਂ ਇੱਕ ਬਾਅਦ ਵੱਡੇ ਖੁਲਾਸੇ ਹੁੰਦੇ ਨੇ 29 ਮਈ ਨੂੰ ਸਿੱਧੂ ਮੁਸੇਲ ਦੇ ਕਤਲकांड ਦਾ ਜਿਹੜਾ ਮਾਮਲਾ ਸਾਹਮਣੇ ਆਉਂਦਾ ਉਸ ਤੋਂ ਬਾਅਦ ਕਈ ਜਿਹੜੇ ਗੈਂਗਸਟਰਾਂ ਨੂੰ ਹਿਰਾਸਤ ਦੇ ਵਿੱਚ ਲਿਆ ਜਾਂਦਾ ਤੇ ਇਸੇ ਤਰ੍ਹਾਂ ਐਮ ਰੋਲ ਨੀ ਬੌਂਡ ਵਾਲੇ ਦੀਪਕ ਮੁੰਡੀ ਨੂੰ ਵੀ ਜਿਹੜਾ ਪੁਲਿਸ ਦੇ ਵੱਲੋਂ ਹਿਰਾਸਤ ਦੇ ਵਿੱਚ ਲਿਆ ਗਿਆ ਤੇ ਹੁਣ ਖੁਲਾਸਾ ਹੋਇਆ ਕਿ ਰਾਜਸਥਾਨ ਦੇ ਨਾਲ ਵੀ ਸਿੱਧੂ ਮੁਸੇਲ ਦੇ ਕਤਲकांड ਦੀਆਂ ਤਾਰਾਂ ਜੁੜੀਆਂ ਜੁੜਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਰਾਜਸਥਾਨ ਤੋਂ ਕਈ ਹਥਿਆਰਾਂ ਦੀ ਬਰਾਮਦਗੀ ਵੀ ਕੀਤੀ ਗਈ ਜਿਸ ਨੂੰ ਲੈ ਕੇ ਹੁਣ ਕਿਹਾ ਾਰੇ ਕੀ مانਸਾ ਪੁਲਿਸ Rajasthan ਪਹੁੰਚੀ ਹਾਲਾਂਕਿ ਇਸ ਗੱਲ ਦੀ ਅਜੇ ਤੱਕ ਪੁਸ਼ਟੀ ਨਹੀਂ ਹੋ ਸકી ਕਿ ਸੱਚਮੁੱਚ ਜੜੀ ਆ مانਸਾ ਪੁਲਿਸ Rajasthan ਪਹੁੰਚੀ ਐ ਸਦੱਸਿਆ ਕਿ ਨੇਪਾਲ ਪੱਛਮੀ ਬੰਗਾਲ ਸਰਹੱਦ ਤੋਂ ਜੜਾ ਦੀਪਕ ਮੁੰਡੀ ਦੀ ਗ੍ਰਿਫਤਾਰੀ ਹੁੰਦੀ ਐ ਜਿਸ ਤੇ ਵੱਲੋਂ ਖੁਲਾਸੇ ਕੀਤੇ ਗਏ ਕਿ Rajasthan ਦੇ ਵੱਲੋਂ ਜੜੀ ਆ ਆਰਥਿਕ ਸਹਾਇਤਾ ਦਿੱਤੀ ਗਈ ਕਿਤੋਂ ਤੱਕ 100 ਦਿਨਾਂ ਤੱਕ ਜੜਾ ਪਨਾਵੀ ਗੈਂਗਸਟਰਾਂ ਨੂੰ ਦਿੱਤੀ ਗਈ ਸੋ ਇਹ ਵੀ ਗੱਲ ਸਾਹਮਣੇ ਆ ਰਹੀ ਐ ਕਿ ਇਸ ਕਤਲ ਦੀ ਪੂਰੀ ਪਲੈਨਿੰਗ ਜੜੀ ਆ ਸਿੱਕਰ ਦੇ ਵਿੱਚ ਕੀਤੀ ਗਈ ਦੀ ਕਤਲ ਦੇ ਵਿੱਚ ਸ਼ਾਮਿਲ ਛੇ ਗੈਂਗਸਟਰਾਂ ਦੇ ਵਿੱਚੋਂ ਪੰਜ ਪੰਜਾਬ ਅਤੇ ਇੱਕ ਸਿੱਕਰ ਦਾਸੀ ਤੇ ਇਸ ਤੋਂ ਇਲਾਵਾ ਵਾਰਦਾਤ ਦੇ ਵਿੱਚ ਵਰਤੀ ਗਈ ਗੱਡੀ ਵੀ ਜਿਹੜੀ ਆ ਸਿੱਕਰ ਦੀ ਸੀ ਤੋਂ ਵੱਡੇ ਖੁਲਾਸੇ ਜਿਹੜੇ ਦੀਪਕ ਮੁੰਡੀ ਦੇ ਵੱਲੋਂ ਕੀਤੇ ਗਏ ਸੋ ਬਲੈਰੋ ਗੱਡੀ ਨੂੰ ਲੈ ਕੇ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਇਹ ਬਲੈਰੋ ਗੱਡੀ ਜਿਹੜੀ ਆ Rajasthan ਦੀ ਸੀ ਗੈਂਗਸਟਰ ਨਸੀਬ ਨੇ ਰਤਿਆਪੁਰ ਨੇੜੇ ਚਰਨਜੀਤ ਸਿੰਘ ਤੇ ਕੇਸ਼ਵ ਨੂੰ ਕਾਰ ਦਿੱਤੀ ਸੀ ਸੋਨੀਪਤ ਦਾ ਗੈਂਗਸਟਰ ਪ੍ਰਿਯਵਰਤ 4G ਅਤੇ ਉਸਤਾਦ ਸਾਥੀ ਅੰਕਿਤ ਸਿਰਸਾ ਉਸਦੇ ਨਾਲ ਕਾਰ ਦੇ ਵਿੱਚ ਸੰਤ ਤੇ ਉਹ 25 ਮਈ ਨੂੰ ਪੰਜਾਬ ਲਈ ਰਵਾਨਾ ਹੋਏ ਤੇ ਬਿਸਲਾ ਵਿੱਚ ਗੱਡੀ ਵਿੱਚ ਤੇਲ ਪਾਉਂਦੇ ਹੋਏ ਇੱਕ ਸੀਸਟੀ ਵੀ ਕੈਮਰੇ ਦੇ ਵਿੱਚ ਵੀ ਕੈਦ ਹੋਏ ਸੋ ਵੱਡੀ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿਉਂਕਿ ਜ਼ਿਆਦਾਤਰ ਸਵਾਲ ਉੱਠ ਰਹੇ ਸੀ ਕਿ ਆਖਿਰਕਾਰ ਇਹ ਬਲੇਰੋ ਗੱਡੀ ਕਿੱਥੋਂ ਆਈ ਹੈ ਤੇ ਹੁਣ ਦੀਪਕ ਮੁੰਡੀ ਦੇ ਵੱਲੋਂ ਬਲੇਰੋ ਗੱਡੀ ਨੂੰ ਲੈ ਕੇ ਵੀ ਵੱਡਾ ਖੁਲਾਸਾ ਕੀਤਾ ਗਿਆ ਕਿ ਇਹ ਬਲੇਰੋ ਗੱਡੀ ਜਿਹੜੀ ਆ ਰਾਜਸਥਾਨ ਦੀ ਸੀ ਤੇ ਸਿੱਧੂ ਮੂਸੇਵਾਲੇ ਨੂੰ ਤਿੰਨ ਵਾਰ ਹਾਲਾਂਕਿ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਜਾਂਦੀ ਐ ਸੋ ਵੱਡੇ ਖੁਲਾਸੇ ਜੜਿਆ ਦੀਪਕ ਮੁੰਡੀ ਵੱਲੋਂ ਕਿਤੇ ਕਿਤੇ ਤੋਂ ਇੱਕ ਬਾਅਦ ਜਿਹੜੀਆਂ ਪਰਤਾ ਕੁਲਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕਈ ਵੱਡੇ ਗੈਂਗਸਟਰ ਨੂੰ ਫੜਿਆ ਜਾ ਰਿਹਾ